It's your body, Hari Baba. ਮਿੱਠੀ ਆਵਾਜ਼ ਸੋਹਣੀ ਗਾਇਕੀ ਕੰਨਾਂ ਵਿੱਚ ਹੈ ਰਸ ਘੋਲਦੀ ਜੋ ਬਾਗਾਂ ਵਿੱਚ ਹੈ ਕੋਇਲ ਬੋਲਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਲਈ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਪੰਜਾਬੀ ਸੰਗੀਤ ਦੇ ਲੇਖੇ ਲਾ ਦਿੱਤਾ। ਸੋ ਦੋਸਤੋ, ਆਪਾਂ ਅੱਜ ਦੀ ਵੀਡੀਓ ਵਿੱਚ ਸੁਰਿੰਦਰ ਕੌਰ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਮਿਊਜ਼ਿਕ ਕਰੀਅਰ ਬਾਰੇ ਅਤੇ ਉਹਨਾਂ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਕਿਸ ਨੇ ਦਿੱਤਾ ਸੀ, ਇਸ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਸੋ ਦੋਸਤੋ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਅਤੇ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਇਸ ਦੇ ਨਾਲ ਜੋ ਬੈੱਲ ਦਾ ਆਈਕਨ ਆ ਰਿਹਾ ਉਸ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਸੁਰਿੰਦਰ ਕੌਰ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਲਾਹੌਰ, ਪਾਕਿਸਤਾਨ, ਬ੍ਰਿਟਿਸ਼ ਇੰਡੀਆ ਵਿਖੇ ਹੋਇਆ ਅਤੇ ਉਹਨਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ 31 ਅਗਸਤ 1943 ਨੂੰ ਲਾਹੌਰ ਰੇਡੀਓ ਤੋਂ ਕੀਤੀ। ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਸੁਰਿੰਦਰ ਕੌਰ ਜੀ ਨੇ ਆਪਣਾ ਪਹਿਲਾ ਗੀਤ ਮਾਵਾਂ ਅਤੇ ਧੀਆਂ ਰਲ ਬੈਠੀਆਂ ਰਿਕਾਰਡ ਕੀਤਾ। ਸੰਨ 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹਨਾਂ ਦਾ ਪੂਰਾ ਪਰਿਵਾਰ ਗਾਜ਼ੀਆਬਾਦ ਦਿੱਲੀ ਆ ਕੇ ਰਹਿਣ ਲੱਗ ਪਿਆ ਅਤੇ ਉੱਥੇ ਹੀ ਵੱਸ ਗਿਆ। 1948 ਵਿੱਚ ਉਹਨਾਂ ਦਾ ਵਿਆਹ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਨਾਲ ਹੋਇਆ ਜੋ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਲਿਟਰੇਚਰ ਦੇ ਲੈਕਚਰਰ ਸਨ। ਉਹਨਾਂ ਨੇ ਸੁਰਿੰਦਰ ਕੌਰ ਦੇ ਟੈਲੈਂਟ ਨੂੰ ਪਹਿਚਾਨਿਆ ਅਤੇ ਸਪੋਰਟ ਕੀਤੀ। 1948 ਵਿੱਚ ਹੀ ਸੁਰਿੰਦਰ ਕੌਰ ਜੀ ਨੇ ਬਾਲੀਵੁੱਡ ਵਿੱਚ ਐਜ਼ ਏ ਪਲੇਬੈਕ ਸਿੰਗਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਮਿਊਜ਼ਿਕ ਡਾਇਰੈਕਟਰ ਗੁਲਾਮ ਹੈਦਰ ਨੇ ਉਹਨਾਂ ਦੀ ਆਵਾਜ਼ ਵਿੱਚ ਸ਼ਹੀਦ ਫਿਲਮ ਲਈ 3 ਗੀਤ ਰਿਕਾਰਡ ਕਰਵਾਏ। ਪਰ ਸੁਰਿੰਦਰ ਕੌਰ ਜੀ ਦੀ ਬਚਪਨ ਤੋਂ ਹੀ ਪੰਜਾਬੀ ਫੋਕ ਸੌਂਗ ਗਾਉਣ ਵਿੱਚ ਰੁਚੀ ਸੀ, ਇਸੇ ਕਰਕੇ ਫਿਰ ਉਹ ਮੁੰਬਈ ਛੱਡ ਕੇ 1952 ਵਿੱਚ ਦਿੱਲੀ ਆ ਗਏ। ਉਹਨਾਂ ਦੇ ਹਸਬੈਂਡ ਜੋਗਿੰਦਰ ਸਿੰਘ ਸੋਢੀ ਜੀ ਨੇ ਉਹਨਾਂ ਦੇ ਕਰੀਅਰ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਬਹੁਤ ਸਪੋਰਟ ਕੀਤੀ ਅਤੇ ਸੁਰਿੰਦਰ ਕੌਰ ਜੀ ਲਈ ਕਈ ਹਿੱਟ ਗੀਤ ਵੀ ਅਰੇਂਜ ਕੀਤੇ, ਜਿਵੇਂ ਚੰਨ ਕਿੱਥੇ ਗੁਜ਼ਾਰਿਆ ਈ ਰਾਤ, ਲੱਠੇ ਦੀ ਚਾਦਰ, ਸ਼ੌਂਕਣ ਮੇਲੇ ਦੀ, ਗੋਰੀ ਦੀਆਂ ਝਾਂਜਰਾਂ ਅਤੇ ਸੜਕੇ ਸੜਕੇ ਜਾਂਦੀ ਏ ਮਟਿਆਰੇ। ਇਹ ਗੀਤ ਉਸ ਸਮੇਂ ਦੇ ਨਾਮਵਰ ਲੇਖਕਾਂ ਦੁਆਰਾ ਲਿਖੇ ਗਏ ਸਨ, ਪਰ ਜਦੋਂ ਇਹਨਾਂ ਗੀਤਾਂ ਨੂੰ ਸੁਰਿੰਦਰ ਕੌਰ ਜੀ ਨੇ ਗਾਇਆ ਤਾਂ ਇਹ ਗੀਤਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਅਤੇ ਸੁਰਿੰਦਰ ਕੌਰ ਜੀ ਨੂੰ ਇਹਨਾਂ ਗੀਤਾਂ ਕਰਕੇ ਹੀ ਲੋਕ ਪੂਰੀ ਦੁਨੀਆਂ ਵਿੱਚ ਜਾਣਨ ਲੱਗ ਪਏ ਅਤੇ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਸਿੱਧੀ ਹਾਸਲ ਕੀਤੀ। ਸੁਰਿੰਦਰ ਕੌਰ ਜੀ ਦੀ ਆਵਾਜ਼ ਵਿੱਚ ਲਗਭਗ 2000 ਗੀਤ ਰਿਕਾਰਡ ਹੋਏ। ਇਹਨਾਂ ਗੀਤਾਂ ਵਿੱਚ ਉਹਨਾਂ ਦੇ ਬਹੁਤ ਸਾਰੇ ਡੂਅਟ ਸੌਂਗ ਵੀ ਸ਼ਾਮਲ ਆ ਜੋ ਉਹਨਾਂ ਨੇ ਆਸਾ ਸਿੰਘ ਮਸਤਾਨਾ, ਕਰਨੈਲ ਗਿੱਲ, ਹਰਚਰਨ ਗਰੇਵਾਲ, ਰੰਗੀਲਾ ਜੱਟ ਅਤੇ ਦੀਦਾਰ ਸੰਧੂ ਜੀ ਨਾਲ ਗਾਏ। ਇਸ ਤੋਂ ਬਿਨਾਂ ਸੁਰਿੰਦਰ ਕੌਰ ਜੀ ਨੇ ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਵੀ ਬਹੁਤ ਸਾਰੇ ਗੀਤ ਗਾਏ ਜੋ ਅੱਜ ਦੀ ਯੰਗ ਜਨਰੇਸ਼ਨ ਵੀ ਬਹੁਤ ਪਸੰਦ ਕਰਦੀ ਆ ਅਤੇ ਇਹ ਗੀਤ ਅੱਜ ਦੇ ਨੌਜਵਾਨਾਂ ਵਿੱਚ ਬਹੁਤ ਹੀ ਹਰਮਨ ਪਿਆਰੇ ਆ। ਦੋਵੇਂ ਭੈਣਾਂ ਨੂੰ ਫਸਟ ਲੇਡੀਜ਼ ਆਫ ਪੰਜਾਬੀ ਫੋਕ ਵੀ ਕਹਿੰਦੇ ਆ ਅਤੇ ਲੋਕ ਦਿਲੋਂ ਸਤਿਕਾਰ ਦਿੰਦੇ ਆ। ਕੁਝ ਸੁਪਰਹਿੱਟ ਗੀਤ ਜੋ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਜੀ ਨੇ ਰਲ ਕੇ ਗਾਏ ਤੇ ਜਿਨ੍ਹਾਂ ਨੂੰ ਲੋਕ ਅੱਜ ਵੀ ਬੜੇ ਸ਼ੌਂਕ ਤੇ ਚਾਅ ਨਾਲ ਸੁਣਦੇ ਆ, ਉਹ ਨੇ ਕਾਲਾ ਡੋਰੀਆ, ਅੱਜ ਦੀ ਦਿਹਾੜੀ, ਬਾਜਰੇ ਦਾ ਸਿੱਟਾ, ਪਾਬੋ ਕਹਿੰਦੀ ਆ। ਇਹਨਾਂ ਗੀਤਾਂ ਨੇ ਦੋਵਾਂ ਭੈਣਾਂ ਦੀ ਪੂਰੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ। ਜੇ ਆਪਾਂ ਸੁਰਿੰਦਰ ਕੌਰ ਜੀ ਦੀ ਫੈਮਿਲੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ 3 ਬੇਟੀਆਂ ਨੇ ਜਨਮ ਲਿਆ ਅਤੇ ਉਹਨਾਂ ਦੀ ਸਭ ਤੋਂ ਵੱਡੀ ਬੇਟੀ ਡੌਲੀ ਗਲੇਰੀਆ ਪੰਜਾਬ ਦੀ ਬਹੁਤ ਹੀ ਵਧੀਆ ਤੇ ਨਾਮਵਰ ਸਿੰਗਰ ਆ ਜਿਸ ਨੇ ਬਹੁਤ ਸਾਰੇ ਸੁਪਰਹਿੱਟ ਗੀਤ ਗਾਏ। ਸੁਰਿੰਦਰ ਕੌਰ ਜੀ ਨੇ ਆਪਣੀ ਬੇਟੀ ਡੌਲੀ ਗਲੇਰੀਆ ਨਾਲ ਵੀ ਕਈ ਗੀਤ ਗਾਏ ਜੋ ਸੁਪਰਹਿੱਟ ਰਹੇ। ਸੁਰਿੰਦਰ ਕੌਰ ਜੀ ਤੇ ਡੌਲੀ ਗਲੇਰੀਆ ਨੇ ਕੁੱਟ ਕੁੱਟ ਬਾਜਰਾ ਨਾਮੀ ਗੀਤ ਰਲ ਕੇ ਗਾਇਆ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਇਹ ਗੀਤ ਸੁਪਰਹਿੱਟ ਰਿਹਾ। ਸੁਰਿੰਦਰ ਕੌਰ ਜੀ ਨੇ ਆਪਣੇ ਕਰੀਅਰ ਵਿੱਚ ਬਹੁਤ ਸਾਰੇ ਅਵਾਰਡ ਵੀ ਹਾਸਲ ਕੀਤੇ, ਜਿਵੇਂ 1984 ਵਿੱਚ ਉਹਨਾਂ ਨੂੰ ਪੰਜਾਬੀ ਫੋਕ ਮਿਊਜ਼ਿਕ ਲਈ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਨਵਾਜਿਆ ਗਿਆ। ਫਿਰ ਉਹਨਾਂ ਨੂੰ ਇੰਡੀਆਜ਼ ਨੈਸ਼ਨਲ ਅਕੈਡਮੀ ਆਫ ਮਿਊਜ਼ਿਕ, ਡਾਂਸ ਅਤੇ ਥੀਏਟਰ ਦੀ ਮਿਲੇਨੀਅਮ ਪੰਜਾਬੀ ਸਿੰਗਰ ਅਵਾਰਡ ਮਿਲਿਆ ਤੇ ਫਿਰ ਸੰਨ 2006 ਵਿੱਚ ਸੁਰਿੰਦਰ ਕੌਰ ਜੀ ਨੂੰ ਆਰਟਸ ਵਿੱਚ ਵਡਮੁੱਲੇ ਯੋਗਦਾਨ ਲਈ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਅਵਾਰਡ ਨਾਲ ਨਵਾਜਿਆ ਗਿਆ। ਤੇ ਹੁਣ ਆਪਾਂ ਸੁਰਿੰਦਰ ਕੌਰ ਜੀ ਦੇ ਅੰਤਮ ਸਮੇਂ ਦੀ ਗੱਲ ਕਰਦੇ ਹਾਂ। ਸੁਰਿੰਦਰ ਕੌਰ ਜੀ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਹ ਆਪਣਾ ਇਲਾਜ ਕਰਵਾਉਣ ਲਈ ਸੰਨ 2006 ਵਿੱਚ ਅਮਰੀਕਾ ਗਏ, ਪਰ ਉਹ ਠੀਕ ਨਾ ਹੋ ਸਕੇ ਅਤੇ ਆਖਰ 14 ਜੂਨ 2006 ਨੂੰ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਨੇ ਨਿਊ ਜਰਸੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ ਤੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਅਤੇ ਉਹਨਾਂ ਦੀ ਡੈਥ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਸੁਰਿੰਦਰ ਕੌਰ ਜੀ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ।
ਅਤੇ ਕਿਹਾ ਕਿ ਮੈਨੂੰ ਆਸ ਹੈ ਕਿ ਸੁਰਿੰਦਰ ਕੌਰ ਜੀ ਦੀ ਅਮਰ ਆਵਾਜ਼ ਦੂਜੇ ਪੰਜਾਬੀ ਕਲਾਕਾਰਾਂ ਨੂੰ ਵੀ ਸਹੀ ਪੰਜਾਬੀ ਲੋਕ ਸੰਗੀਤ ਪਰੰਪਰਾ ਦਾ ਅਭਿਆਸ ਕਰਨ ਲਈ ਪ੍ਰੇਰਿਤ ਕਰੇਗੀ। ਇਸ ਤੋਂ ਬਿਨਾਂ ਦੂਰਦਰਸ਼ਨ ਚੈਨਲ ਦੀ ਡਾਕੂਮੈਂਟਰੀ ਪੰਜਾਬ ਦੀ ਕੋਇਲ, ਜੋ ਕਿ ਸੁਰਿੰਦਰ ਕੌਰ ਜੀ ਦੀ ਜ਼ਿੰਦਗੀ ਅਤੇ ਰਚਨਾਵਾਂ ਬਾਰੇ ਸੀ, ਨੂੰ ਸੰਨ 2006 ਵਿੱਚ ਦੂਰਦਰਸ਼ਨ ਚੈਨਲ ਅਵਾਰਡ ਮਿਲਿਆ। ਸੋ ਦੋਸਤੋ, ਸੁਰਿੰਦਰ ਕੌਰ ਜੀ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਅਵਾਰਡ ਅਤੇ ਖਿਤਾਬ ਹਾਸਲ ਕੀਤੇ ਅਤੇ ਉਹਨਾਂ ਨੇ ਪੰਜਾਬੀ ਸੰਗੀਤ ਨੂੰ ਆਪਣੀ ਮਿਹਨਤ, ਲਗਨ ਅਤੇ ਵਧੀਆ ਗਾਇਕੀ ਨਾਲ ਉੱਚਾ ਚੁੱਕਣ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਹਨਾਂ ਦੇ ਇਸ ਵਡਮੁੱਲੇ ਯੋਗਦਾਨ ਲਈ ਅਸੀਂ ਆਪਣੇ ਚੈਨਲ ਬੌਲੀ ਹੌਲੀ ਬਾਬਾ ਅਤੇ ਸਾਡੀ ਪੂਰੀ ਟੀਮ ਵੱਲੋਂ ਉਹਨਾਂ ਨੂੰ ਸਲਾਮ ਕਰਦੇ ਹਾਂ। ਅਤੇ ਦੋਸਤੋ, ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜੇਕਰ ਤੁਸੀਂ ਪੰਜਾਬੀ ਸੰਗੀਤ ਦੀ ਕਦਰ ਕਰਦੇ ਹੋ ਅਤੇ ਸੁਰਿੰਦਰ ਕੌਰ ਜੀ ਦੇ ਪੰਜਾਬੀ ਸੰਗੀਤ ਵਿੱਚ ਯੋਗਦਾਨ ਲਈ ਉਹਨਾਂ ਦੀ ਰਿਸਪੈਕਟ ਕਰਦੇ ਹੋ ਅਤੇ ਤੁਸੀਂ ਉਹਨਾਂ ਦੇ ਫੈਨ ਹੋ, ਤਾਂ ਕਮੈਂਟ ਵਿੱਚ ਸਲਾਮ ਸੁਰਿੰਦਰ ਕੌਰ ਜ਼ਰੂਰ ਲਿਖੋ। ਦੋਸਤੋ, ਚਾਹੇ ਸੁਰਿੰਦਰ ਕੌਰ ਜੀ ਹੁਣ ਸੰਸਾਰ ਵਿੱਚ ਨਹੀਂ ਰਹੇ, ਪਰ ਉਹਨਾਂ ਦੁਆਰਾ ਗਾਏ ਗੀਤ ਅੱਜ ਵੀ ਲੋਕ ਸੁਣਦੇ ਨੇ ਅਤੇ ਪਸੰਦ ਕਰਦੇ ਆ। ਇਸ ਲਈ ਉਹਨਾਂ ਦੀ ਆਵਾਜ਼ ਹਮੇਸ਼ਾ ਅਮਰ ਰਹੇਗੀ ਅਤੇ ਸੰਗੀਤ ਪ੍ਰੇਮੀਆਂ ਦੇ ਕੰਨਾਂ ਵਿੱਚ ਰਸ ਘੋਲਦੀ ਰਹੇਗੀ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਵਧੀਆ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਆਪਣੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ, ਤਾਂ ਜੋ ਉਹ ਵੀ ਸਾਡੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਦੇ ਜੀਵਨ ਬਾਰੇ ਜਾਣ ਸਕਣ। ਅਤੇ ਇਸ ਵੀਡੀਓ ਨੂੰ ਲਾਈਕ ਕਰਕੇ ਤੁਸੀਂ ਸਾਡਾ ਹੌਸਲਾ ਵਧਾ ਸਕਦੇ ਹੋ। ਸੋ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਜੇਕਰ ਤੁਸੀਂ ਆਪਣੇ ਕਿਸੇ ਫੇਵਰੇਟ ਸਟਾਰ ਦੀ ਬਾਇਓਗ੍ਰਾਫੀ ਬਣਵਾਉਣੀ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ, ਮੈਂ ਤੁਹਾਡੇ ਲਈ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਹਾਜ਼ਰ ਹੋਊਂਗਾ। ਅਤੇ ਦੋਸਤੋ, ਅੰਤ ਵਿੱਚ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੌਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਅਤੇ ਇਸ ਦੇ ਨਾਲ ਜੋ ਬੈੱਲ ਦਾ ਆਈਕਨ ਆ ਰਿਹਾ ਉਸ 'ਤੇ ਵੀ ਕਲਿੱਕ ਕਰ ਦਿਓ, ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਇਜਾਜ਼ਤ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।